23 ਵਾਲੇ ਨਹੀਂ ਮੰਨੇ ਹੈ ਵੀ 13 ਵਾਲੇ ਮੰਨ ਗਏ ਨੇ ਤੇ ਅਸੀਂ ਕਰਕੇ ਅਸੀਂ ਜਿਹੜੇ ਮੰਨ ਗਏ ਨੇ ਉਹਨਾਂ ਦੇ ਚੈਪਟਰ ਆ ਜਾਣਗੇ 23 ਨੰਬਰ ਚੈਪਟਰ ਤੇ ਪੇਜ ਨੰਬਰ 858 ਠੀਕ ਹੈ ਤੇ ਇਹ ਹੈਗਾ ਰਿਸਪੋਂਸੀਬਿਲਟੀ ਚਿਵਿਲ ਹੈ ਰਿਸਪੋਂਸੀਬਿਲਟੀ ਪੈਨਲ ਰਿਸਪੋਂਸੀਬਿਲਟੀ ਦਾ ਐਡਮਿਨਿਸਟ੍ਰੇਟਿਵਾ ਏਟ ਫਾਈਵ ਏਟ ਇਹਦੇ ਤੋਂ ਬਾਅਦ ਅਸੀਂ 13 ਪੜ੍ਹ ਲਾਂਗੇ ਠੀਕ ਹੈ 858 ਨੰਬਰ ਪੇਜ ਹੈ 23 ਨੰਬਰ ਚੈਪਟਰ ਹੈ ਤੇ ਇਹ ਹੈਗਾ ਵੇ ਆਰਪੀਏ ਰਿਸਪੋਂਸੀਬਿਲਟੀ ਚਿਵਿਲ ਹੈ ਜਿਹੜੀ ਓਬਲੀਗਟੋਰੀ ਹੁੰਦੀ ਹੈ ਠੀਕ ਹੈ ਇਹਦੇ ਤੋਂ ਆਪਣੇ ਕਰਦੇ ਹੈ ਦੂਸਰਾ ਨੰਬਰ ਤੇ ਜਿਸ ਦੇ ਵਿੱਚ ਅਸੀਂ ਪੜਾਂਗੇ ਜਿਹੜੇ ਮੌਜੂ ਹੈ ਰਿਸਪੋਂਸੀਬਿਲਟੀ ਪੈਨਲ ਹੈ ਜਿਹੜਾ ਕਿ ਤੁਹਾਡੇ ਤੇ ਮੁਜਰਮ ਹੋ ਜਾਂਦਾ ਜੁਰਮ ਸਾਬਤ ਹੋਇਆ ਚਿਵਿਲ ਜਿਹੜੀ ਹੁੰਦੀ ਹੈ ਤੁਹਾਡੀ ਜੁਰਮ ਤੁਸੀਂ ਆਪਣਾ ਪੈਸੇ ਪੂਸੇ ਦੇ ਕੇ ਜਿੰਨ ਚਿਰਾ ਸਕਦੇ ਹੋ ਵੀ ਨੁਕਸਾਨ ਕਰਤਾ ਜਿਸ ਮਾੜਾ ਮੋਟਾ ਬੰਦਿਆਂ ਦਾ ਚੀਜ਼ ਦਾ ਨੁਕਸਾਨ ਕਰ ਦਿੱਤਾ ਉਹ ਪੈਸੇ ਪੇ ਕਰਕੇ ਤੁਸੀਂ ਚਵੀਲੇ ਤੋਂ ਜਾਨ ਛੁਡਾ ਸਕਦੇ ਹੋ ਪੈਨਲ ਹੁੰਦੀ ਹੈ ਵੀ ਤੁਹਾਡੇ ਤੇ ਜੁਰਮ ਸਾਬਤ ਹੋ ਗਿਆ ਤੁਸੀਂ ਉਹ ਮੁਜਰਮ ਹੋ ਗਏ ਕਿਸ ਚੀਜ਼ ਦੇ ਗਲਤੀ ਕਰ ਬੈਠੇ ਹੋ ਉਹ ਤੁਹਾਨੂੰ ਭੁਗਤਣੀ ਪੈਣੀ ਹੈ ਐਡਮਿਨਿਸਟ੍ਰੇਟਿਵ ਰਿਸਪੋਂਸੀਬਿਲਟੀ ਐਡਮਿਨਿਸਟ੍ਰੇਟਿਵ ਆਉਂਦੀ ਹੈ ਜਿਹੜੀ ਕਿ ਤੁਹਾਨੂੰ ਜੁਰਮਾਨੇ ਮੁਲਤੇ ਵਗੈਰਾ ਆਉਂਦੇ ਨੇ ਉਹ ਤੁਸੀਂ ਭੁਗਤਣੇ ਰਹੇ ਪੈਣੇ ਨੇ ਠੀਕ ਹੈ ਤੇ ਐਚ ਨੂੰ ਦਬਾਓ ਔਰ ਸੁਜੇਰੇਮੈਂਟ ਥਿਊਰੀ ਤੇ ਆ ਜਾਓ ਸਾਡੇ ਕੋਲ ਹੈਗੀ ਹੈ ਰਿਸਪੋਂਸੀਬਿਲਟੀ ਚਵੀਲੇ ਰਿਸਪੋਂਸੀਬਿਲਟੀ ਚਵੀਲੇ ਜਿਹੜੀ ਹੈ ਕਿਨੇ ਲਾ ਰਿਸਪੋਂਸੀਬਿਲਟੀ ਚਵੀਲੇ ਕੰਸਿਸਟ ਨਾਲ ਓਬਲੀਗੋ ਰਿਸਪੋਂਸੀਬਿਲਟੀ ਚਵੀਲੇ ਕੰਸਿਸਟ ਨਾਲ ਓਬਲੀਗੋ ਓਬਲੀਗਟੋਰੀ ਹੁੰਦੀ ਹੈ ਦੀ ਰਿਜ਼ਰਚੀਰੇ ਮੁਆਵਜ਼ਾ ਦਿਓ ਇਦਾਨੀ ਕੋ ਜ਼ਾਤੀ ਵਾਲੇ ਕੋਜ਼ੇ ਜਿਹੜੇ ਨੁਕਸਾਨ ਦੇ ਵਜ੍ਹਾ ਬਣੇ ਹੋ ਚੀਜ਼ਾਂ ਦੇ ਆਲੇ ਪਰਸੋਂ ਨੇ ਬੰਦਿਆਂ ਦੇ ਆਲੇ ਕੋਜ਼ੇ ਚੀਜ਼ਾਂ ਦੇ ਲਿਆਨੇ ਮਾਲੇ ਔਰ ਜਾਨਵਰਾਂ ਦੇ ਜਿਹੜੇ ਬੰਦਿਆਂ ਦਾ ਚੀਜ਼ਾਂ ਦਾ ਜਾਂ ਜਾਨਵਰਾਂ ਦਾ ਨੁਕਸਾਨ ਦੀ ਵਜ੍ਹਾ ਬਣੇ ਹੋ ਉਹਨਾਂ ਦਾ ਓਬਲੀਗੋ ਰਿਜ਼ਰਚੀਰੇ ਮੁਆਵਜ਼ਾ ਪੇ ਕਰੋ ਠੀਕ ਹੈ ਅਨ ਕਿਸੇ ਸੋਨੋ ਲੈ ਵੈਨ ਦਿੱਤਾ ਭਾਵੇਂ ਘੱਟ ਮਾਤਰਾ ਦਾ ਨੁਕਸਾਨ ਹੀ ਕਿਉਂ ਨਾ ਹੋਵੇ ਭਾਵੇਂ ਥੋੜੀ ਮਿਕਦਾਰ ਦਾ ਨੁਕਸਾਨ ਹੀ ਕਿਉਂ ਨਾ ਹੋਵੇ ਠੀਕ ਹੈ ਕਿੰਦੀ ਯਾਨੀ ਕਿ ਓਬਲੀਗੋ ਦੀ ਰਿਸਪੋਂਸਿਬਿਲਟੀ ਯਾਨੀ ਕਿ ਓਬਲੀਗੋ ਰਿਸਪੋਂਸਿਬਿਲਟੀ ਹੈ ਉਹ ਕੀ ਪਰ ਲੂਈ ਇੰਪਰਸਰ ਜੀ ਸਕਿਉਰਟਰੀ ਹੈ ਜਾਂ ਫਿਰ ਇੰਸ਼ੋਰੈਂਸ ਦੀ ਜਿਹੜੀ ਕੰਪਨੀ ਉਹਦੇ ਲਈ ਓਬਲੀਗੋ ਹੈ ਅਲ ਰਿਜ਼ਰਚੀ ਮੈਨ ਤੋਂ ਮੁਆਵਜ਼ਾ ਪੇ ਕਰੋ ਕੁਨ ਪਾਗਾਮੈਂਟੋ ਦਿਨਾਰੋ ਦਿਨਾਰੋ ਜਿਹੜੇ ਹੁੰਦੇ ਨੇ ਕੈਸ਼ ਮੁਆਵਜ਼ਾ ਪੇ ਕਰਕੇ ਤੁਸੀਂ ਪੇ ਕਰੋ ਦਿਨਾਰੋ ਵਿੱਚ ਉਸ ਯਾਨੀ ਕਿ ਕੈਸ਼ ਪੇ ਕਰ ਸਕਦੇ ਹੋ ਦੀ ਅਲ ਦਾਨੇ ਦਾਨ ਦਾਨੋ ਕੋਜ਼ਾ ਤੋਂ ਜਿਹੜੇ ਨੁਕਸਾਨ ਦੀ ਵਜ੍ਹਾ ਬਣਿਓ ਅਲ ਦਾਨ ਗਿਆ ਤੋਂ ਔਰ ਜਿਹਦਾ ਨੁਕਸਾਨ ਹੋਇਆ ਉਹਨੂੰ ਪੇ ਕਰੋ ਜੇ ਤੁਸੀਂ ਚਾਹੋ ਤਾਂ ਤੁਸੀਂ ਡਾਇਰੈਕਟ ਪੇ ਕਰ ਸਕਦੇ ਹੋ ਜੇ ਤੁਸੀਂ ਨਾ ਪੇ ਕਰੋ ਕਿ ਕੰਪਨੀ ਪੇ ਕਰ ਦੇਗੀ ਤੁਹਾਡੇ ਪੇ ਕਰਨੇ ਦਾ ਮਸਲਾ ਹੁੰਦਾ ਨਾ ਕਿ ਜੇ ਤੁਸੀਂ ਪੇ ਕਰਦੇ ਹੋ ਨਾ ਜਦ ਵੀ ਬੰਦਾ ਕੋਈ ਨਾ ਨਵੀਂ ਗੱਡੀ ਲੈਂਦਾ ਨਾ ਪਹਿਲੀ ਵਾਰੀ ਤੇ ਉਹਦੀ ਉਹਨੂੰ ਲੱਗਦੀ 14ਵੀਂ ਕਲਾਸ 14ਵੀਂ ਕਲਾਸ ਦੀ ਮੰਨ ਲਓ ਤੁਹਾਡੀ ਹੁੰਦੀ ਹੈ 800 ਯੂਰੋ ਇੰਸ਼ੋਰੈਂਸ ਮੰਨ ਲਓ ਤਕਰੀਬਨ ਇੱਕ ਅੰਦਾਜ਼ਾ 700 ਯੂਰੋ ਇੰਸ਼ੋਰੈਂਸ ਠੀਕ ਹੈ ਜੇ ਤੁਹਾਡੀ ਅਗਲੇ ਸਾਲ ਕਲਾਸ ਘੱਟਦੀ ਹੈ ਨਾ ਤੁਹਾਡੀ 100 ਕੀ ਯੂਰੋ ਇੰਸ਼ੋਰੈਂਸ ਵੀ ਘੱਟ ਜਾਏਗੀ ਅਗਲੇ ਸਾਲ ਤੁਹਾਡੀ ਇਸ ਸਾਲ ਪਹਿਲੇ ਸਾਲ 700 ਯੂਰੋ ਸੀ ਫੋਰ ਐਗਜ਼ਾਮਪਲ ਦੂਜੇ ਸਾਲ ਜੇ ਤੁਹਾਡੀ 13ਵੀਂ ਕਲਾਸ ਹੋ ਗਈ ਤੁਹਾਡੀ 600 ਇੰਸ਼ੋਰੈਂਸ ਹੋ ਜਾਏਗੀ ਠੀਕ ਹੈ 625-23 ਹੋ ਜਾਏਗੀ ਠੀਕ ਹੈ ਜੇ ਇਨ ਕੇਸ ਜੇ ਤੁਸੀਂ ਐਕਸੀਡੈਂਟ ਕਰਦੇ ਹੋ ਤਾਂ ਤੁਹਾਡਾ ਜੇ ਐਕਸੀਡੈਂਟ ਸ਼ੋਅ ਹੋ ਜਾਂਦਾ ਵੀ ਬੰਦੇ ਨੇ ਐਕਸੀਡੈਂਟ ਕੀਤਾ ਗਲਤੀ ਬੰਦੇ ਦੀ ਸੀ ਤੁਹਾਡੀ ਸੀ ਫਿਰ ਤੁਹਾਡੀ ਕਲਾਸ ਇੱਕ ਨਹੀਂ ਘਟੇਗੀ ਉਲਟੀਆਂ ਦੋ ਵਧਣਗੀਆਂ 14ਵੀਂ ਤੋਂ 16ਵੀਂ ਕਲਾਸ ਹੋ ਜਾਏਗੀ ਤੇ ਮੁਮਕਨ ਹੈ 800 ਦੀ ਜਗ੍ਹਾ ਤੇ ਤੁਹਾਨੂੰ 1600 ਇੰਸ਼ੋਰੈਂਸ ਪੇ ਕਰਨੀ ਪਵੇ 2000 ਯੂਰੋ ਇੰਸ਼ੋਰੈਂਸ ਪੇ ਕਰਨੀ ਪਵੇ ਠੀਕ ਹੈ 700 ਦੀ ਜਗ੍ਹਾ ਤੇ ਇਸ ਕਰਕੇ ਕੁਝ ਬੰਦੇ ਹੁੰਦੇ ਨੇ ਜਿਹੜੇ 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 ਹਿਸਾਬ ਲਾਉਂਦੇ ਨੇ ਕਿ ਨੁਕਸਾਨ ਥੋੜ੍ਹਾ ਹੈ ਲੇਕਿਨ ਜੇ ਜੁਰਮ ਮੇਰੇ ਤੇ ਪੈ ਗਿਆ ਮੇਰੀ ਇੰਸ਼ੋਰੈਂਸ ਵੱਧ ਜਾਣੀ ਹੈ ਮੇਰੀ ਕਲਾਸਾਂ ਦੋ ਵੱਧ ਜਾਣੀਆਂ ਨੇ ਉਹ ਕੀ ਕਰਦੇ ਨੇ ਕਹਿੰਦੇ ਨੇ ਕਿ ਮੈਂ ਫੋਰ ਐਗਜ਼ਾਮਪਲ ਤੁਸੀਂ ਮੇਰੀ ਗੱਡੀ ਨੂੰ ਮਾਰਿਆ ਮੈਂ ਕਹਾਂਗਾ ਤੁਸੀਂ ਮੇਰੀ ਗੱਡੀ ਦਾ ਕੰਮ ਕਰਾ ਦਿਓ ਮੈਂ ਕੇਸ ਨਹੀਂ ਕਰਾਉਂਦਾ ਹੈ ਵੀ ਇੰਸ਼ੋਰੈਂਸ ਦੇ ਠੀਕ ਹੈ ਜੇ ਤੁਸੀਂ ਮੈਨੂੰ ਗੱਡੀ ਨਾਲ ਕੰਮ ਡਾਇਰੈਕਟ ਕਰਾ ਦੋਗੇ ਫਿਰ ਮੈਂ ਇੰਸ਼ੋਰੈਂਸ ਦੇ ਕੋਲ ਨਹੀਂ ਜਾਵਾਂਗਾ ਫਿਰ ਕੀ ਹੋਵੇਗਾ ਤੁਹਾਨੂੰ ਫਾਇਦਾ ਹੋਵੇਗਾ ਇਸ ਚੀਜ਼ ਦਾ ਕਿ ਤੁਹਾਡੀ ਜਿਹੜੀ ਗਲਤੀ ਸੀ ਉਹਦੇ ਕਰਕੇ ਜਿਹੜੀ ਤੁਹਾਡੀ ਕਲਾਸ ਵਧਣੀ ਸੀ ਉਹ ਤੁਸੀਂ ਬਚ ਜਾਓਗੇ ਅਗਲੇ ਸਾਲ ਤੁਹਾਡੀ ਇੰਸ਼ੋਰੈਂਸ ਜਿਹੜੀ ਬੱਚੀ ਰਹੇਗੀ ਉਹ ਨਹੀਂ ਰਹੇਗੀ ਜਾਂ ਘਟੇਗੀ ਠੀਕ ਹੈ ਇਹਨ ਕਿਹਾ ਜੇ ਐਕਸੀਡੈਂਟ ਤੁਹਾਡਾ ਹੋ ਜਾਂਦਾ ਤੇ ਕਲਾਸਾਂ ਜੇ ਤੁਹਾਡੀ ਗਲਤੀ ਰਿਸਪੋਂਸੀਬਿਲਟੀ ਤੁਹਾਡੇ ਤੇ ਪਵੇ ਗਲਤੀ ਤੁਹਾਡੀ ਹੋਵੇ ਦੋ ਕਲਾਸਾਂ ਵੱਧਦੀਆਂ ਨੇ ਜ਼ਹਿਰੀ ਗੱਲ ਹੈ ਜ਼ਹਿਰੀ ਗੱਲ ਹੈ ਹਾਂਜੀ ਨਹੀਂ ਉਹ ਤਾਂ ਸਾਬ ਸਾਲ ਤੋਂ ਇੰਸ਼ੋਰੈਂਸ ਦਾ ਫਾਇਦਾ ਇਹ ਹੁੰਦਾ ਹੈ ਇਨ ਕੇਸ ਜੇ ਅਗਲੇ ਦੀ ਗਲਤੀ ਹੈ ਨਾ ਅਗਲਾ ਤੁਹਾਡੀ ਗੱਡੀ ਨੂੰ ਮਾਰ ਦਿੰਦਾ ਹੈ ਤੁਹਾਨੂੰ ਗੱਡੀ ਦੇ ਪੈਸੇ ਮਿਲ ਸਕਦੇ ਨੇ ਤੁਹਾਨੂੰ ਤੁਹਾਡੀ ਗੱਡੀ ਦੀ ਰਿਪੇਅਰ ਮਿਲ ਸਕਦੀ ਹੈ ਯਾਨੀ ਕਿ ਅਗਲੇ ਦੀ ਗਲਤੀ ਹੈ ਨਾ ਫਿਰ ਅਗਲੇ ਦੀ ਇੰਸ਼ੋਰੈਂਸ ਤੁਹਾਨੂੰ ਪੈਸੇ ਦੇਗੀ ਠੀਕ ਹੈ
ये तुम्हारी गलती है, फिर तुम पैसे दोगे जी या तुम्हारी इंश्योरेंस पैसे देगी। नहीं फायदा ही है जब भी गलती ना करो। चोरी हो जावे जे तुसी मतलब जे इंश्योरेंस फकुल्टेटिव कराई हुई है ना, तो एक होंगे एक्सक्रेशन है कास्को पुलिस जी कास्को, जे वो कराई हुई है फिर चोरी हुई तो पैसे लगते हैं, वो भी चोरी चोरी कार्रवाई करेंगे पूरी कि वाकई तुसी किधरे कुछ खड्डे खुडे सुट कुछ बिजली तो नहीं बात दी है अभी, ठीक है वो पूरी कार्रवाई करेंगे कंट्रोल करेंगे बाकी थोड़ी गड्डी चोरी भी हुई है, ठीक है तो किधरे खड्डे खुडे च पानी है मिट्टी जरा थल्ले करके दबाना फिर ये ना कट लिया गड्डी थोड़ी फिर तो वो भी पैसे उन्ने की लगते ने, जिस फॉर एग्जाम्पल मेरा गड्डी 5 साल 2 साल पहले ले सी, मेरी गड्डी की कीमत सी 5,000 यूरो, अज जे मेरी गड्डी अज चोरी होती है या अग लगती है फकुल्टेटिव होंगे ने, मर्जी होनी है तो इंश्योरेंस की पॉलिसी रखानी है, मैं नहीं मर्जी जिम्मे शीशे वाली रखाते हैं अभी मनी मर्जी तो ना रखाओ, जो रखाओगे तो पैसे वादू दोगे, जे मैं वो पॉलिसी करांगा वो मैनू पैसे गड्डी जब मेरी अग लगेगी या चोरी होगी ना मेरी गड्डी में पैसे उन्ने भरनगे जिन्ने के अज इस मोमेंट है मेरी गड्डी की मार्केट के वैल्यू, फॉर एग्जाम्पल मैं 5,000 की ले सी लेकिन 2-3 साल बाद आज मेरी गड्डी की वैल्यू 2,000 रह गई है और मैंने 2,000 यूरो ही देंगे, ठीक है जी वो ही पैसे दस रहे हैं। कास्को जी होंगी है ना एक तौर तो आती है सब कुछ बिच जिम्मे कास्को जिम्मे होंगी है वो डिपेंड करता है कि चीज रखना चाहते हो, तुम्हारी गड्डी में अग लग जाए हाड़ आ जाए सैलाब आ जाए वो गड़े पै जाए उस सूरत भी पैसे देंगे ने, लेकिन वो इंश्योरेंस तुम्हें वादू पे देनी पवेगी, शीशियां की जिम्मे कराओगे तो 30-40 यूरो फालतू लगनगे, ठीक है जिन्ना गुड़ पाओगे उन्ना मीठा, ठीक है यानी कि ऑफ कॉल तो तीवा होंगे ने ओबलीगेटोरी कोई है आरसी रिस्पॉन्सिबिलिटी भी ले आ तो जी है ना ये ओबलीगेटोरी लाजमी ओबलीगो जरूरी होंगी है भी गड्डी के इंश्योरेंस के पैसे कराने कि अगले का तुम नुकसान करो तो इंश्योरेंस अगले भर सके, ठीक है ये अगला भी नुकसान करे तो अगले भी तुम्हें भी भरते हैं जिन्हें अगले की गलती साबित हो गए थे कुलतती वासी पढ़ा के एंड दे है वे, ठीक है कहने रिस्पॉन्सिबिलिटी चिवील है जरिए ग्राह वे सुल कंदू चैन ते इस सुल प्रोपिता दिल बिकोली, रिस्पॉन्सिबिलिटी चिवील कि पैंती है ड्राइवर और मालिक दो मना दे ड्राइवर ते भी पवेगी और मालिक ते भी पवेगी, नॉन ग्राह वाइम बेच सुल प्रोपिता रे हालांकि मालिक ते नहीं पैन लगी से दिमा उस तरह जे शो हो पता लग गया कि दिल बिकोली जी गड्डी है सता तो उजा तो कौंतरो लासू बलौंता भी थोड़ी मर्जी तो बिना जो गड्डी का इस्तेमाल होया एट द एग्जांपल इन काज द फोर तो इनके मिसाल तो होता है इनके जो गड्डी चोरी हो गई है तो जो गड्डी चोरी हो गई है ते फॉर एग्जांपल मेरी गड्डी चोरी हो जाती है कोई एक्सीडेंट कर देता है गलती मेरी गड्डी की होती है हूँ मेरी गड्डी तो चोरी हो गई है मैनू तो नहीं पता कौन लैके गया, ठीक है तो उस सूरत विच मालिक तो नहीं पैन लगी चिवीले, अदरवाइज जे मेरी मेरे को पूछ के लैके जाएगा कोई भी ड्राइवर होगा मालक और ड्राइवर दोनों चवीले पवेगी, ठीक है कहने इनडिपेंडेंट दरा अल्टर दुए रिस्पॉन्सिबिलिटी ये दूजिया दो रिस्पॉन्सिबिलिटियां डिपेंड नहीं करती है भी यानी कि उन्होंने अलग है कि डिपेंड नहीं करती रिस्पॉन्सिबिल पेनाल है ये अमिनिस्ट्रेटिवा पेनाल होंगे थोड़े तो जुर्म साबित हो गया अमिनिस्ट्रेटिवा होंगे तो जुर्माना मूलत वगैरह पै गए शारा शुरा तोड़ दे। अगे आ जाओ कहते ने पे की चवीला मेहनत ओबलीगा ओबलीगा तो आ चीर है जिन्हों चवीले के तौर पर ओबलीगो होता है मुआवजा देना इदा नहीं प्रवे का दोनों सनिश्चितता ले जेडे नुकसान की वजह बनती हुई करोड़ एक्सीडेंट की इंसीडेंट एक्सीडेंट की पो अकुरदार थी कौन दानी गया तो कहने तुम अकुरदार सी कर सकते हो गलबात कर सकते हो दानी गया तो जिदा नुकसान हो जो तुम कि नुकसान किया है तो तुम उस जाओ तो डायरैक्ट गलबात कर सकते हो, चिरका एंती दल रिमा रिमबो रिजर्ची मैन तो एक तकरीबन मात्रा मकदार जी है मुआवजे की यानी कि एक तकरीबन मकदार जी मुआवजे की तुम अगले गलबात कर सकते हो भी इन्ने पैसे चाहिए ने तेन तो मैं देना तेन डायरैक्ट, ठीक है इनफा की हकीकत पो दी चेहदर है दीपागार है दृत्ता मैन तो हकीकत भी पूछ सकते हो जो तुम डायरैक्ट पेश करना चाहो तो सेंसा इंटरवेनीर ला इंप्रेसर सिक्योरिटी चे बिना इंश्योरेंस की कंपनी तो इनके जरा डायरैक्ट तुम पे करना चाहो पैसे किसी नुकसान हो डायरैक्ट भी पे करना चाहते हो पे कर सकते हो इनक्वेस्ट तो कहा इस केस भी कन्वीनियंट है अवेलेयर सी दी उनो कंसुलेंट ते इस केस भी मुनासिब है तुम कंसुलेंट एक वकील कर लवो दी अनफॉर्चुनेटली नीस
ਇਨ ਫੋਰ ਤੂੰ ਨੀਸਤੀਗਾ ਸਰਦਾਲੇ ਜਿਹੜਾ ਰੋਡ ਦਾ ਐਕਸੀਡੈਂਟਾਂ ਦਾ ਐਕਸਪਰਟ ਹੋਵੇ ਉਹਨਾਂ ਐਕਸਪੈਰ ਤੁਹਾਨੂੰ ਮਿਤੇ ਰਿਹਾ ਜਿਹੜਾ ਇੱਕ ਐਕਸਪੈਰਟ ਹੋਵੇ ਮਟੀਰੀਅਲ ਵਿੱਚ ਯਾਨੀ ਕਿ ਇੱਕ ਬੰਦਾ ਐਕਸਪਰਟ ਹੋਵੇ ਜਿਹਨੂੰ ਕਿ ਦੇਖਿਆ ਪਤਾ ਲੱਗ ਜਾਵੇ ਵੀ ਇਹ 500 ਦਾ 200 ਦਾ 1000 ਦਾ ਯੂਰੋ ਦਾ ਨੁਕਸਾਨ ਹੈ ਤੇ ਜੇ ਜੇ ਤੁਸੀਂ ਚਾਹੋ ਤਾਂ ਤੀਸਰਾ ਬੰਦਾ ਇੱਕ ਕੌਂਸੂਲੈਂਟ ਤੇ ਇੱਕ ਲੈ ਸਕਦੇ ਹੋ ਜਿਹੜਾ ਐਕਸਪੋਰਟ ਹੋਵੇ ਮਟੀਰੀਅਲ ਵਿੱਚ ਪਰ ਕੁਆਂਟੀਫਿਕਾਰ ਅਕਾਊਂਟ ਗਿਣਨ ਲਈ ਅਜ਼ਾਤਾ ਇੰਪੋਰਟ ਦਲਾ ਦਾਨਿਕ ਅਜ਼ਾਤ ਹੋ ਸਹੀ ਨੁਕਸਾਨ ਹੋਏ ਦੀ ਜਿੰਨੀ ਰਕਮ ਹੈ ਉਹਨੂੰ ਗਿਣਨ ਲਈ ਜੇ ਚਾਹੋ ਤਾਂ ਤੁਸੀਂ ਇੱਕ ਵਕੀਲ ਕਰ ਸਕਦੇ ਹੋ ਠੀਕ ਹੈ ਇਸ ਕਰਕੇ ਜੇ ਤੁਹਾਡਾ ਦਿਲ ਹੋਵੇ ਡਾਇਰੈਕਟ ਪੇ ਕਰਨੇ ਦੇ ਤਾਂ ਤੁਸੀਂ ਜੇ ਚਾਹੋ ਤਾਂ ਵਕੀਲ ਵਗੈਰਾ ਵੀ ਕਰ ਸਕਦੇ ਹੋ ਹਾਂ ਵੀ ਕਿੰਨਾ ਪੈਸੇ ਬਣਦੇ ਤੇਰੇ ਉਹਨੇ ਤਕਰੀਬਨ ਅੰਦਾਜ਼ਾ ਜਿਹਾ ਲਾ ਕੇ ਤਾਂ ਅਗਲੇ ਨੂੰ ਦੇ ਦਿਓ ਨੋਨ ਪੋਸੀਬਲ ਹੈ ਇਨ ਅਲਟਰਨਾਟਿਵਾ ਇਹਦੇ ਤੋਂ ਇਲਾਵਾ ਪੋਸੀਬਲ ਨਹੀਂ ਹੈ ਵੀ ਠੀਕ ਹੈ ਕਿਧਰੇ ਕਿਲਾ ਪਲੋ ਪ੍ਰੋਪਰੀਓ ਪਤੰਤੇ ਦੀ ਗਵੀਦਾ ਸੀ ਰਿਵੋਕਾ ਤਾ ਵੀ ਪਤੰਤੇ ਦੀ ਗਵੀਦਾ ਤੁਹਾਡਾ ਰਿਵੋਕਾ ਹੋ ਗਿਆ ਨੋਨ ਚੀਸੀਆ ਲੀਬਰਾ ਉਨੀ ਫੋਰਮਾ ਦਾ ਰਿਸਪੋਂਸਿਬਲ ਪਿਨੀ ਲੈ ਪਿਨਾਲੇ ਕਹਿੰਦੇ ਭਾਵੇਂ ਤੁਹਾਡਾ ਪਤੰਤੇ ਰਿਵੋਕਾ ਵੀ ਹੋ ਜਾਵੇ ਕਿਸੇ ਵੀ ਸੂਰਤ ਤੁਸੀਂ ਪਿਨਾਲੇ ਵਿੱਚ ਬਾਹਰ ਨਹੀਂ ਹੋਣ ਲੱਗੇ ਬਚਣ ਨਹੀਂ ਲੱਗੇ ਆ ਵੀ ਪੱਗਾਂ ਤੋਂ ਮੰਤਾਰ ਦਲਦਾਨ ਨੂੰ ਭਾਵੇਂ ਨੁਕਸਾਨ ਹੋਏ ਤੇ ਪੈਸੇ ਵੀ ਤੁਸੀਂ ਜ਼ਿਆਦਾ ਪੇਸ ਕਰ ਛੱਡੇ ਨੇ ਪਿਨਾਲੇ 'ਚ ਨਹੀਂ ਬਚ ਸਕਦੇ ਆ ਵੀ ਪੱਗਾਂ ਤੋਂ ਮੰਤਾਰ ਜੇ ਪੈਸੇ ਪੇ ਕਰਦੇ ਚੀ ਲੀਬਰਾ ਤੁਸੀਂ ਆਜ਼ਾਦ ਹੋਵੋਗੇ ਸੋਲੋ ਦੇ ਰਿਸਪੋਂਸਿਬਲ ਚਵੀਲੇ ਸਿਰਫ ਚਵੀਲੇ ਦੇ ਵਿੱਚ ਆਜ਼ਾਦ ਹੋਵੋਗੇ ਤੁਸੀਂ ਠੀਕ ਹੈ ਅੱਠ ਸੌ ਸੱਠ ਜੀ ਜੀ ਪੁੱਛ ਲਓ ਹਾਂਜੀ ਹਾਂਜੀ ਜੇ ਉਹ ਵੀ ਚੇਂਜ ਹੋ ਚੇਂਜਿੰਗ ਹੋਵੇਗੀ ਨਾ ਸਾਡੇ ਇਹ ਸੋਫਟਵੇਅਰ ਦੇ ਨਾਲ ਅਪਡੇਟ ਹੁੰਦੀ ਰਹੇਗੀ ਜੇ ਤੁਹਾਨੂੰ ਜ਼ਿਆਦਾ ਸ਼ੱਕ ਹੋਵੇ ਸੋਫਟਵੇਅਰ ਡਾਊਨਲੋਡ ਕਰਕੇ ਡਾਊਨਲੋਡ ਕਰ ਲਿਆ ਕਰੋ ਨਵੀਂ ਸੀਰੀ ਠੀਕ ਹੈ ਅਪਡੇਟ ਕਰ ਲਿਓ ਕੋਈ ਮਸਲਾ ਨਹੀਂ ਹੈ ਵੀ ਇਹ ਸਾਲ ਕਿਉਂਕਿ ਇੱਕ ਲੰਬੇ ਪੀਰੀਅਡ ਤੋਂ ਬਾਅਦ ਮਾੜੀ ਮੋਟੀ ਚੇਂਜਿੰਗ ਆਉਂਦੀ ਹੈ ਜੇ ਚੇਂਜਿੰਗ ਆਵੇ ਵੀ ਨਾ ਜੇ ਚੇਂਜਿੰਗ ਆਵੇ ਵੀ ਨਾ 0.005% ਚੇਂਜਿੰਗ ਆਵੇਗੀ ਠੀਕ ਹੈ ਉਹ ਵੀ ਇੱਕ ਟਾਈਮ ਪੀਰੀਅਡ ਬਾਅਦ ਬਿਲ ਇਹ ਦੇਖੋ ਮੈਂ ਤੁਹਾਨੂੰ ਹੁਣ ਹੋਰ ਕੋਈ ਥੋੜ੍ਹੀ ਪੜ੍ਹਾਉਣੇ ਨੇ ਜਿਹੜੇ ਆਉਣੇ ਨੇ ਇੱਥੇ ਵੀ ਪੜ੍ਹਾਉਣੇ ਨੇ ਨਾ ਦੇਖੋ ਅਸੀਂ ਨਹੀਂ 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 ਅਸੀਂ ਜਿਹੜੇ ਆ ਨਾ ਅਸੀਂ ਪੜ੍ਹ ਰਹੇ ਹਾਂ ਇਟਲੀ ਦੇ ਵਿੱਚ ਠੀਕ ਹੈ ਇਟਲੀ ਦੇ ਜਿੰਨੇ ਕੁਐਸਚਨ ਨੇ ਨਾ ਲਾਇਸੈਂਸ ਦੇ ਬਾਰੇ ਉਹ ਵੈਬ ਤੰਤੇ ਦੇ ਵਿੱਚ ਸਾਰੇ ਕੁਐਸਚਨਾਂ 'ਤੇ ਸਾਡਾ ਇੱਕ ਵਾਰੀ ਧਿਆਨ ਪਵੇਗਾ ਕੋਈ ਕੁਐਸਚਨ ਸਾਡੀਆਂ ਅੱਖਾਂ ਤੋਂ ਬੱਚਿਆਂ ਨਹੀਂ ਰਹਿਣ ਲੱਗਾ ਇੱਕ ਵਾਰੀ ਠੀਕ ਹੈ ਅਸੀਂ ਟੋਟਲ ਕੁਐਸਚਨ ਤਕਰੀਬਨ 7-8 ਹਜ਼ਾਰ ਤੋਂ ਉੱਤੇ ਕੁਐਸਚਨ ਆਉਣਾ ਠੀਕ ਹੈ ਜਿਹੜਾ ਅਸੀਂ ਹਰ ਪੇਜ ਨੂੰ ਹਰ ਥਿਊਰੀ ਨੂੰ ਪੜ੍ਹ ਰਹੇ ਹਾਂ ਹਰ ਪੇਜ ਦੇ ਕੁਐਸਚਨ ਵੇਰੋ ਫਾਲਸੋ ਕਰ ਰਹੇ ਹਾਂ ਨਾਲ ਦੇ ਨਾਲ ਇਹਦੇ ਤੋਂ ਮੁਰਾਦ ਇਹ ਹੈ ਕਿ ਅਸੀਂ ਕੋਈ ਕੁਐਸਚਨ ਛੱਡਦੇ ਨਹੀਂ ਪਿਆ ਹੈ ਵੀ ਠੀਕ ਹੈ ਦੂਸਰੇ ਸੋਫਟਵੇਅਰ ਨੇ ਉਹਨਾਂ 'ਤੇ ਸਿਰਫ ਤੁਸੀਂ ਸਕੇ ਦੇ ਕਰ ਸਕਦੇ ਹੋ ਇਹ ਸੋਫਟਵੇਅਰ ਅਸੀਂ ਇਸ ਕਰਕੇ ਚੂਜ਼ ਕੀਤਾ ਹੈ ਇਹਦੇ 'ਤੇ ਤੁਸੀਂ ਥਿਊਰੀ ਪੜ੍ਹ ਸਕਦੇ ਹੋ ਥਿਊਰੀ ਦੇ ਨਾਲ ਤੁਸੀਂ ਕੁਐਸਚਨ ਵੇਰੋ ਫਾਲਸੋ ਸਾਰੇ ਕਰ ਸਕਦੇ ਹੋ ਇਹਨਾਂ ਦੇ ਯਾਨੀ ਕਿ ਇੱਕ ਥਿਊਰੀ ਦੇ ਪ੍ਰੋਪਰ ਇੱਕ ਇੱਕ ਪਿਕਚਰ ਦੇ ਜਿੰਨੇ ਟੋਟਲ ਕੁਐਸਚਨ ਨੇ 10 ਨੇ 15 ਨੇ 20 ਨੇ 5 ਨੇ ਉਹ ਸਾਰੇ ਲੀਚੇ ਹੋਣਗੇ ਲਿਖੇ ਠੀਕ ਹੈ ਇਹਦੇ ਤੋਂ ਵੱਧ ਹੋ ਨਹੀਂ ਸਕਦੇ ਹੈ ਵੀ ਠੀਕ ਹੈ ਇਨ ਕੇ ਜੇ ਕੱਲ੍ਹ ਕੋਈ ਅਪਡੇਟ ਨਵੀਂ ਆ ਜਾਂਦੀ ਹੈ ਕੋਈ ਉਹ ਅਪਡੇਟ ਕਿੰਨੇ ਪਰਸੈਂਟ ਇਫੈਕਟ ਕਰਦੀ ਹੈ 0.0001% ਹੋਵੇਗੀ ਉਹ ਡਿਫਰੈਂਸ ਠੀਕ ਹੈ ਜੀ ਬਿਲਕੁਲ ਇੰਨੀ ਥੋੜ੍ਹੀ ਬਹੁਤੀ ਚੇਂਜਿੰਗ ਆਉਂਦੀ ਹੈ ਉਹ ਵੀ ਕਈ ਜਿਵੇਂ ਕਿ ਹੁਣ ਪਿੱਛੇ ਜਿਹਾ ਹੋਇਆ ਪਿਛਲੇ ਸਾਲ ਹੋਇਆ ਉਹ ਅਸੀਂ ਪੜ੍ਹ ਰਹੇ ਸੀ ਨਾ ਕੁਆਡ੍ਰੀਕਲ ਲਜੇਰੀ ਉਹਦਾ ਸੀਗਾ ਆਪਣਾ ਕੁਆਡ੍ਰੀਕਲ ਲਜੇਰੀ B1 ਦੀ ਜਿਹੜੀ ਬਿਲਟੀ ਸੀ ਨਾ B1 ਦੀ ਬਿਲਟੀ ਸੀ ਪਹਿਲੇ 400 kg ਪਲੱਸ 150 kg ਸਮਾਨ ਦੇ ਨਾਲ ਟੋਟਲ 550 kg ਹੁਣ ਦੇ ਚੇਂਜਿੰਗ ਇਹ ਹੋਈ ਹੈ 450 kg 150 kg ਸਮਾਨ ਦੇ ਨਾਲ ਟੋਟਲ 600 kg ਲਿਮਿਟ ਹੋ ਗਈ ਹੈ ਠੀਕ ਹੈ ਯਾਨੀ ਕਿ ਇੱਕ ਮਾਈਨਰ ਜੀ ਚੀਜ਼ ਵਧੀ ਹੈ ਕੋਈ ਯਾਨੀ ਕਿ ਵੈਲਿਊ ਰੱਖਦੀ ਹੈ ਆਪਣੀ ਜਗ੍ਹਾ 'ਤੇ ਠੀਕ ਹੈ ਲੇਕਿਨ ਕਿੰਨਾ ਜ਼ਿਆਦਾ ਅਸੀਂ ਪੜ੍ਹਦੇ ਹਾਂ ਕਿੰਨੇ ਚੈਪਟਰ ਨੇ ਇੱਕ ਚੈਪਟਰ ਦੇ ਇੱਕ ਪਤੰਤੇ ਦੀ ਇੱਕ ਚੀਜ਼ ਦੀ ਲਿਮਿਟ ਵਧਾਈ ਨੇ ਸਿਰਫ 50 kg ਠੀਕ ਹੈ ਅਦਰ ਅਸੀਂ ਇੰਨੇ ਕੁ ਪੁਰਾਣੇ ਡਾਊਨਲੋਡ ਵੀ ਨਹੀਂ ਕੀਤੇ ਹੈ ਵੀ ਸੋਫਟਵੇਅਰ ਜੇ ਆਖਿਆ ਬੰਦਾ ਕਿ ਹਾਂ ਵੀ ਸਾਡੇ 2012 ਦੇ ਸੋਫਟਵੇਅਰ ਚੱਲ ਰਹੇ ਨੇ ਨਹੀਂ ਅਸੀਂ ਅੱਜ ਕੱਲ੍ਹ ਜਾਂ 6 ਮਹੀਨੇ 2 ਮਹੀਨੇ ਪਹਿਲੀ ਡਾਊਨਲੋਡ ਕੀਤੇ ਨਾ ਕੋਈ ਫਰਕ ਨਹੀਂ ਹੁੰਦਾ ਹੈ ਠੀਕ ਹੈ ਅੱਗੇ ਆ ਜਾਓ ਹੈਗਾ ਵੇ 860 ਨੰਬਰ ਪੇਜ ਦੇ ਕਹਿੰਦਾ ਰਿਸਪੋਂਸਿਬਿਲਟੀ
ਪਰ ਲਦਾਨ ਇੱਕ ਐਸੀ ਵਾਲਾ ਚਰਪਰੇਸ਼ਨ ਹੈ ਦੇਵੀ ਕੋਲ ਹੀ ਜਿਹੜੀ ਰਿਸਪੋਂਸਿਬਲ ਜੁੜੀ ਹੋਈ ਸਰਕੂਲ ਗੱਡੀਆਂ ਦੀ ਸਰਕੂਲੇਸ਼ਨ ਦੇ ਨਾਲ ਸੇ ਚਵੀਲੇ ਜੇਕਰ ਚਵੀਲੇ ਹੋਵੇ ਇੱਕ ਕਾਰੀ ਕੋ ਦਲ ਕੰਦੂ ਚੈਨ ਤੇ ਇਹ ਦਲ ਪਰ ਪੀਦਾ ਦਲ ਵੀ ਕੋਲੇ ਕਾਰੀ ਕੋ ਕਿਦੇ ਤੇ ਹੋਵੇਗਾ ਗੱਡੀ ਦੇ ਡਰਾਈਵਰ ਦੇ ਉੱਤੇ ਔਰ ਗੱਡੀ ਦੇ ਮਾਲਕ ਦੇ ਉੱਤੇ ਹੁਣ ਆ ਰਹੀ ਭਾਬੀ ਜੀ ਬਾਤ ਸ਼ਾਬਾਸ਼ 860 ਤੇ ਮੈਂ ਸੀ ਕਹਿੰਦਾ ਰਿਸਪੋਂਸਿਬਲ ਪਰ ਲਾ ਦਾਨੀ ਵਾਲਾ ਕਨੈਸ ਵਾਲਾ ਚ ਕੁਐਸਚਨ ਦੇ ਵੀ ਕੋਲੀ ਜੇ ਰਿਸਪੋਂਸਿਬਲ ਜਿਹੜਾ ਨੁਕਸਾਨ ਹੋਇਆ ਜੁੜਿਆ ਹੋਇਆ ਸਰਕੂਲੇਸ਼ਨ ਗੱਡੀਆਂ ਦੇ ਨਾਲ ਸੇ ਚਵੀਲੇ ਜੇਕਰ ਚਵੀਲੇ ਹੈ ਇਹ ਇਲਕਾਰੀਕੋ ਦਲਬ ਕਾਰੀਕੋ ਜਿਹੜਾ ਕਾਰੀਕੋ ਹੈ ਇਹਦਾ ਯਾਨੀ ਕਿ ਇਹ ਨੁਕਸਾਨ ਹੋਏਗਾ ਕਾਰੀਕੋ ਜਿਹੜਾ ਹੈ ਦਲ ਕੰਦੂ ਚਾਹੁੰਦੇ ਇਹ ਦਲ ਪ੍ਰਪਿਤਾ ਦਲ ਵੀ ਕੋਲੀ ਇਹ ਗੱਡੀ ਦੇ ਡਰਾਈਵਰ ਔਰ ਗੱਡੀ ਦੇ ਮਾਲਕ ਤੇ ਪਵੇਗਾ ਆ ਮੈਨੋ ਕਿ ਕੁਐਸਟੀ ਉਲਟੀਮੇ ਨੋਨ ਪੋਸਟੋ ਨੋ ਪ੍ਰੋਵਾਰ ਕਿ ਸਿਰਕੂਲੇਸ਼ਨ ਹੈ ਵੈਨੂਤਾ ਇਹਦੇ ਤੋਂ ਕੱਟ ਕੇ ਸਰਕੂਲੇਸ਼ਨ ਜਿਹੜਾ ਗੱਡੀ ਦਾ ਹੋਇਆ ਹੈ ਕੌਂਤਰੋਲ ਸੂਬੇ ਵੱਲੋਂ ਤਾਂ ਵੀ ਮਾਲਕ ਦੀ ਮਰਜ਼ੀ ਤੋਂ ਬਿਨਾਂ ਹੋਇਆ ਹੈ ਐਟ ਐਗਜ਼ਾਮਪਲ ਇਨ ਕਾਜ਼ ਦੀ ਫੋਰਥ ਇਨ ਕੇਸ ਜੇ ਗੱਡੀ ਚੋਰੀ ਹੋ ਜਾਵੇ ਜੇ ਗੱਡੀ ਚੋਰੀ ਹੋ ਜਾਵੇ ਤਾਂ ਫਿਰ ਸਿਰਫ ਡਰਾਈਵਰ ਦੇ ਉੱਤੇ ਜੇ ਗੱਡੀ ਚੋਰੀ ਨਹੀਂ ਹੋਈ ਤਾਂ ਫਿਰ ਮਾਲਕ ਡਰਾਈਵਰ ਦੋਨਾਂ ਦੇ ਉੱਤੇ ਕਹਿੰਦੇ ਸੇ ਸੀ ਤਰਾਤੋ ਦੀ ਰਿਸਪੋਂਸੀਬਿਲ ਤਾਂ ਪੈਨਾਲ ਹੈ ਜੇ ਪੈਨਾਲ ਹੋਵੇ ਕਾਰੀ ਕੋ ਸੋਲੋ ਦਲਕੰਦ ਚੰਦ ਦਲਵੀ ਗੋਲੀ ਕਾਰੀ ਕੋ ਸਿਰਫ ਗੱਡੀ ਦੇ ਡਰਾਈਵਰ ਦੇ ਉੱਤੇ ਹੋਵੇਗਾ ਠੀਕ ਹੈ ਅੱਗੇ ਕਹਿੰਦੇ ਨੇ ਲਾ ਰਿਸਪੋਂਸੀਬਿਲ ਤਾਂ ਪੈਨਾਲ ਹੈ ਜਿਹੜੀ ਰਿਸਪੋਂਸੀਬਿਲ ਦਾ ਪੈਨਾਲ ਹੈ ਕਹਿੰਦੇ ਸੁਰਗੇ ਉਨੀ ਬੋਲਦਾ ਕਿ ਵਿਓਲੀ ਕੋਚੀ ਪੈਨਾਲੇ ਕਹਿੰਦੇ ਸੁਰਗ ਪੈਦਾ ਹੋਵੇਗੀ ਤਲੂ ਹੋਵੇਗੀ ਬਣੇਗੀ ਉਨੀ ਬੋਲਦਾ ਹਰ ਵਾਰੀ ਜਿਸ ਟਾਈਮ ਤੁਸੀਂ ਉਲੰਘਣ ਕਰਦੇ ਹੋ ਕੋਚੀ ਪੈਨਾਲੇ ਦਾ ਕਵਾਲੋਰੋ ਸੀ ਪ੍ਰੋਵੋਕੀ ਜਿਸ ਟਾਈਮ ਤੁਸੀਂ ਵਜ੍ਹਾ ਬਣਿਓ ਲਾ ਮੋਰਤੋ ਪਰ ਦੀ ਲੇਤੋ ਦੀ ਉਹਨਾਂ ਪਰਸੋਂ ਨੇ ਤੁਸੀਂ ਇੱਕ ਬੰਦਾ ਮਰਨ ਦੀ ਵਜ੍ਹਾ ਬਣਿਓ ਉਹ ਇਲ ਗ੍ਰਾਵੀ ਫਰੀਤਾ ਮੈਂ ਤੋ ਜਾਂ ਫਿਰ ਸਖ਼ਤ ਜ਼ਖਮੀ ਹੋਣ ਦੀ ਵਜ੍ਹਾ ਬਣਿਓ ਠੀਕ ਹੈ ਫਿਰ ਤੁਹਾਡੇ ਤੇ ਪੈਨਾਲੇ ਬੈਸ ਗਈ ਹੈ ਨੋ ਸੁਰਗੇ ਵਿੱਚ ਹਾਲਾਂਕਿ ਨੀ ਬਣੇਗੀ ਹੈ ਵੀ ਪਰ ਦਾਨੀ ਇਨ ਵਲੰਤਾਰੀ ਜੇ ਨੁਕਸਾਨ ਜਿਹੜਾ ਹੋਇਆ ਇਨ ਵਲੰਤਾਰੀ ਹੈ ਯਾਨੀ ਕਿ ਤੁਸੀਂ ਨਹੀਂ ਸੀ ਚਾਹੁੰਦੇ ਨੁਕਸਾਨ ਹੋਇਆ ਆਲੇ ਸੋਲੇ ਕੋਲ ਸਿਰਫ ਚੀਜ਼ਾਂ ਦਾ ਫਿਰ ਤੁਹਾਡੇ ਤੇ ਨਹੀਂ ਪੈਣਗੀ ਇਸ ਐਵੇਨੂ ਤਾਂ ਨੋਨ ਕੌਨਸੀਦਰਾਤੋ ਰਿਆਤੋ ਔਰ ਜੇ ਇਹ ਜਿਹੜਾ ਐਕਸੀਡੈਂਟ ਹੋਇਆ ਜੇ ਇਹਨੂੰ ਰਿਆਤੋ ਯਾਨੀ ਕਿ ਜੁਰਮ ਕੌਨਸੀਡਰ ਨਾ ਕੀਤਾ ਜਾਏ ਫਿਰ ਵੀ ਨਹੀਂ ਪੈਣਗੀ ਇਹ ਫਰੀ ਬਿਲ ਹੈ ਉਹਨਾਂ ਕੋਰਟ ਦੀ ਫੌਜ ਦੇ ਮਾਜੂਰ ਹੈ ਭਾਵੇਂ ਕੋਰਟ ਦਾ ਕਿੰਨੀ ਵੀ ਫੌਜ ਦੇ ਮਾਜੂਰ ਹੋਵੇ ਨਾ ਚੀਜ਼ ਜੇ ਇੱਕ ਜੁਰਮ ਨਹੀਂ ਨਾ ਗਿਣਿਆ ਗਿਆ ਤਾਂ ਫਿਰ ਤੁਹਾਡੇ ਤੇ ਨਹੀਂ ਪੈਣ ਲੱਗੇ ਇਹ ਕਿਵੇਂ ਹੋ ਸਕਦਾ ਜੇ ਤੁਹਾਡੇ ਨੁਕਸਾਨ ਵੀ ਸਖ਼ਤ ਹੋ ਗਿਆ ਲੇਕਿਨ ਜੁਰਮ ਵੀ ਨਹੀਂ ਗਿਣਿਆ ਗਿਆ ਫੋਰ ਐਗਜ਼ਾਮਪਲ ਤੁਸੀਂ ਗੱਡੀ ਚਲਾ ਰਹੇ ਸੀ ਠੀਕ ਤਾਂ ਚੱਲ ਰਹੀ ਸੀ ਗੱਡੀ ਅਚਾਨਕ ਟਾਇਰ ਜਿਹੜਾ ਚੰਗੀ ਆ ਵਧੀਆ ਹਾਲਤ ਵਿੱਚ ਹੀ ਫਟ ਗਿਆ ਕੀ ਹੋਵੇਗਾ ਇਹਦੇ ਨਾਲ ਭਾਵੇਂ ਕਿਉਂਕਿ ਪਹਿਲੇ ਵਧੀਆ ਹਾਲਤ ਵਿੱਚ ਟਾਇਰ ਅਚਾਨਕ ਫਟ ਗਿਆ ਹੈ ਉਹਦੇ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਹੈ ਵੀ ਉਹਦੇ ਵਿੱਚ ਕਿੰਨਾ ਵੀ ਸਖ਼ਤ ਨੁਕਸਾਨ ਹੋ ਜਾਏਗਾ ਚੀਜ਼ਾਂ ਦਾ ਉਹ ਤੁਹਾਡੇ ਤੇ ਨਹੀਂ ਪੈਣ ਲੱਗਾ ਵੀ ਠੀਕ ਹੈ ਐਗਜ਼ਾਮਪਲ ਮਿਸਾਲ ਤੌਰ 'ਤੇ ਸਕੋਰਪੀਓ ਹੁਣ ਆਪਾਂ ਨੇ ਮਾਤੀ ਕੋ ਜੇ ਫਟ ਜਾਏ ਇੱਕ ਟਾਇਰ ਤੈਨੂੰ ਤਨ ਬੋਨੋ ਕੰਡੀਸ਼ਨ ਹੈ ਵਧੀਆ ਕੰਡੀਸ਼ਨ ਵੀ ਸੀਗਾ ਪਹਿਲੇ ਇਹ ਗਰਾਵੇ ਸੋਲੋ ਸੋਲੋ ਕੰਦੂ ਚਾਹੁੰਦੇ ਦਲਾ ਵੀ ਕੋਲੋ ਔਰ ਗਰਾਵੇ ਹੋਵੇਗਾ ਸਿਰਫ ਗੱਡੀ ਦੇ ਡਰਾਈਵਰ ਦੇ ਉੱਤੇ ਚੇ ਸੋਈ ਕੋਲੂਈ ਕੇ ਹਕਮੈਸੋ ਇਲਫਾਤੋ ਨੋਨ ਸੁਰਪ੍ਰਪਿਤਾਰਿਓ ਇਹਦਾ ਗਰਾਵੇ ਜਿਹੜਾ ਵੇ ਇਹ ਸਿਰਫ ਗੱਡੀ ਦੇ ਡਰਾਈਵਰ ਦੇ ਉੱਤੇ ਹੋਵੇਗਾ ਮਾਲਕ ਦੇ ਉੱਤੇ ਨਹੀਂ ਆਉਣ ਲਗਾ ਵੀ ਠੀਕ ਹੈ ਜੇ ਪੈਨਾਲੇ ਕਿਸੇ ਦੇ ਉੱਤੇ ਪੈ ਗਈ ਹੈ ਨਾ ਉਸੇ ਦੇ ਉੱਤੇ ਪੈ ਗਈ ਪੈਨਾਲੇ ਜਿਹੜਾ ਗੱਡੀ ਚਲਾ ਰਿਹਾ ਵੇ ਠੀਕ ਹੈ ਕਹਿੰਦਾ ਰਿਸਪੋਂਸਿਬਿਲ ਪੈਨਾਲੇ ਨੋਨ ਐਸਕਲੂਦ ਹੈ ਰਿਸਪੋਂਸਿਬਿਲ ਪੈਨਾਲੇ ਐਸਕਲੂਦ ਦੇ ਬਾਹਰ ਨਹੀਂ ਆਉਣਗੀ ਬਚਣ ਨਹੀਂ ਲੱਗੇ ਤੁਸੀਂ ਇਹਦੇ ਤੋਂ ਕੁਆਂਦੋ ਸੀ ਆ ਪ੍ਰਸਤਾਤ ਹੋ ਸਕੋਰਸ ਵਾਲੇ ਵਿੱਤੀ ਮਾ ਜਿਸ ਟਾਈਮ ਤੁਸੀਂ ਵਿਕਟਮ ਨੂੰ ਮਦਦ ਕੀਤੀ ਹੈ ਨਾ ਹੈਲਪ ਕਰ ਦਿੱਤੀ ਹੈ ਜਿਹਨੂੰ ਜਿਹਨੂੰ ਜਿਹਦਾ ਨੁਕਸਾਨ ਕੀਤਾ ਉਹਦੀ ਤੁਸੀਂ ਮਦਦ ਕੀਤੀ ਹੈ ਤੁਸੀਂ ਇਹਦੇ ਨਾਲ ਇਹ ਨਹੀਂ ਮਤਲਬ ਇਹਦਾ ਕਿ ਤੁਸੀਂ ਪੈਨਾਲੇ ਚ ਬਚ ਜਾਓਗੇ ਪੈਨਾਲੇ ਤੁਹਾਡੇ ਤੇ ਪੈ ਗਈ ਹੈ ਲੱਤਾਂ ਬਾਹਾਂ ਚ ਜਿਹੜੀਆਂ ਤੁਸੀਂ ਉਹਦੀ ਤੋੜੀਆਂ ਨਾ ਉਹ ਤੁਹਾਡੇ ਤੇ ਪੈ ਗਈ ਹੈ ਹੁਣ ਇਹਦੇ ਵਿੱਚ ਕੀ ਫਾਇਦਾ ਹੋਵੇਗਾ ਜੇ ਤੁਸੀਂ ਮਦਦ ਕਰੋਗੇ ਇੰਤਾਲੇ ਕਾਜ਼ੋ ਇਸ ਕੇਸ ਵਿੱਚ ਸੀ ਸੋਲਾ ਅਵੀਤਾ ਲਾ ਰਿਸਪੋਂਸੀਬਿਲਤਾ ਦੀ ਉਹਨਾਂ ਅਲਟਰੋਟੀ ਆ ਤੋਂ ਸਿਰਫ ਤੁਸੀਂ ਅਵੀਤਾ ਅਵੀਤਾ ਬਚੋਗੇ ਇੱਕ ਹੋਰ ਰਿਸਪੋਂਸੀਬਿਲਟੀ ਤੋਂ ਇਸ ਸੂਰਤ ਵਿੱਚ ਤੁਸੀਂ ਇੱਕ ਹੋਰ ਰਿਸਪੋਂਸੀਬਿਲਟੀ ਤੋਂ ਬਚੋਗੇ ਜਿਹੜੀ ਕਿ ਰਿਸਪੋਂਸ ਜਿਵੇਂ ਕਿ ਐਮਿਸ਼ਨਿਸ ਕੋਰਸ ਸੀ ਹਾਂਜੀ ਵੀਰ ਜੀ 2 ਮਿੰਟ ਸਿਰਫ ਕਲਾਸ ਖਤਮ ਹੋ ਰਹੀ ਹੈ ਤੁਸੀਂ ਹੋਲਡ ਰੱਖੋ ਅਰਾ ਕਹਿੰਦੇ ਇੰਤਾਲੇ ਕਾਜ਼ੋ ਇਸ ਕੇਸ ਵਿੱਚ ਸੀ ਸੋਲੋ ਆਵੀ ਦਾ ਸਿਰਫ ਤੁਸੀਂ ਬਚੋਗੇ ਰਿਸਪੋਂਸੀਬਿਲਤਾ ਦੀ ਉਹਨਾਂ ਅਲਟਰੋ ਰਿਆ ਤੋਂ ਇੱਕ ਹੋਰ ਜੁਰਮ ਦੇ ਜੁਰਮ ਕਰਨ ਤੋਂ ਰਿਆ ਤੋਂ ਕਰਨ ਤੋਂ ਤੁਸੀਂ ਬਚੋਗੇ ਠੀਕ ਹੈ ਕਿਹੜਾ ਜੁਰਮ ਸੀ ਓਮਿਸ਼ਨਸ ਕੋਰਸ ਓਮਿਸ਼ਨਸ ਕੋਰਸ ਹੁੰਦਾ ਹੈ ਵੀ ਮਦਦ ਨਾ ਕਰਨੀ ਠੀਕ ਹੈ ਵੀ ਇੱਕ ਤਾਂ ਜੁਰਮ ਤੁਸੀਂ ਕੀਤਾ ਬੰਦੇ ਨੂੰ ਮਾਰਿਆ ਦੂਸਰਾ ਤੁਸੀਂ ਜੁਰਮ ਕਰਨਾ ਸੀ ਜੇ ਤੁਸੀਂ ਉਹਨੂੰ ਛੱਡ ਕੇ ਭੱਜ ਜਾਂਦੇ ਨੱਸ ਜਾਂਦੇ ਪਹਿਲੇ ਜੁਰਮ ਤੋਂ ਤੁਸੀਂ ਵਿਕਟਮ ਜਿਹੜਾ ਹੈ ਜੇ ਤੁਸੀਂ ਉਹਨੂੰ ਮਦਦ ਕੀਤੀ ਹੈ ਤਾਂ ਤੁਸੀਂ ਦੂਜਾ ਜੁਰਮ ਕਰਨ ਤੋਂ ਬਚ ਗਏ ਠੀਕ ਹੈ
ਸਿਰਫ ਤੁਸੀਂ ਦੂਜੇ ਜੁਰਮ ਤੋਂ ਬਚੋਗੇ, ਯਾਨੀ ਕਿ ਪਹਿਲੇ ਜੁਰਮ ਤੋਂ ਨਹੀਂ ਬਚਣਗੇ, ਉਹ ਤੁਹਾਡੇ 'ਤੇ ਪੈਣੀ ਪੈਣਾ। ਨੋ ਸੀ ਸਿੰਘ ਕਹਿੰਦੋ ਸੀ ਰੀ ਰਚੀਸ ਕਨੋ ਇਹ ਦਾਨੀ ਨੀ ਇਹਦੇ ਚ ਬਚਣਗੇ ਜਿਸ ਟਾਈਮ ਤੁਸੀਂ ਮੁਆਵਜ਼ਾ ਦੇ ਦਿੰਦੇ ਨੁਕਸਾਨ ਹੋਏ ਦਾ, ਉਹ ਪੂਰੇ ਕੁਆਨ ਤੋਂ ਇੰਦਰ ਵਿਆਹ ਨਹੀਂ ਅਲਾਜ ਕਤਰੀ ਚੇ ਜਾਂ ਫਿਰ ਜਿਸ ਟਾਈਮ ਇੰਸ਼ੋਰੈਂਸ ਦੀ ਕੰਪਨੀ ਜਿਹੜੀ ਹੈ ਪਗਾਂ ਤੋਂ ਅਦਗੋ ਤਮੈਨ ਤੇ ਜਿਸ ਟਾਈਮ ਇੰਸ਼ੋਰੈਂਸ ਦੀ ਕੰਪਨੀ ਵੀ ਮੁਨਾਸਬ ਪੈਸੇ ਦੇ ਦਿੰਦੀ ਹੈ ਉਸ ਟਾਈਮ ਤੁਸੀਂ ਪਿਨਾਲੇ ਵਿੱਚੋਂ ਨਹੀਂ ਬਚ ਸਕਦੇ ਆ ਵੀ, ਠੀਕ ਹੈ ਪਿਨਾਲੇ ਤੁਹਾਡੇ 'ਤੇ ਪੈਣੀ ਪੈਣੀ ਹੈ। ਰਗਾਸੀ ਕਿੰਨੇ ਕਿੰਨੇ ਸਕੇ ਦੇ ਕੀਤੇ ਦੱਸ ਦਿਓ ਇੱਕ ਸਾਲ ਦੇ ਵਿੱਚ। ਤਿੰਨ ਕਿਤੇ ਚਾਰ ਕਿਤੇ, ਸ਼ਾਬਾਸ਼। ਤੇ 63 ਤੇ ਪੜ੍ਹਨਾ ਅਸੀਂ ਕੱਲ, ਠੀਕ ਹੈ 63 8 ਤੋਂ 63 ਨੰਬਰ ਪੇਜ ਤੇ ਅਸੀਂ ਪੜ੍ਹਨਾ ਕੱਲ, ਠੀਕ ਹੈ 862 ਤੱਕ ਅਸੀਂ ਪੜ੍ਹਿਆ ਅੱਜ। ਤੇ ਹੋਰ ਕਿੰਨੇ 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 ਸਕੇ ਦੇ ਕੀਤੇ ਸਾਹਿਬ ਜੀ? ਭਾਬੀ ਸ਼ਾਬਾਸ਼, ਬਹੁਤ ਵਧੀਆ ਭਾਬੀ ਜੀ, 20 ਕਰਨੇ ਚਾਹੀਦੇ। ਕਿੰਨੇ ਪਾਸ ਹੋਏ? ਬਰਾਵਾ ਸ਼ਾਬਾਸ਼, 5 ਪਾਸ। ਹੋਰ ਹੋਰ 9 ਕਿਤੇ ਕਾਬਲ ਮੇਰੇ? ਬਰਾਵਾ ਸ਼ਾਬਾਸ਼, ਬਹੁਤ ਬਹੁਤ ਵਧੀਆ ਭਾਬੀ ਜੀ। ਕਾਬਲ ਮੇਰੇ ਵਾਲੇ ਭਾਬੀ ਜੀ, ਤੁਹਾਡੇ ਸਕੇ ਦੇ ਕਿੰਨੇ ਚੈਪਟਰ ਕਿੰਨੇ ਹੋ ਗਏ? ਵੇਖ ਕੇ ਤੇ ਮੈਨੂੰ ਮੈਸੇਜ ਕਰ ਦੇਣਾ, ਠੀਕ ਹੈ 13 ਨੰਬਰ ਤੋਂ ਬਾਅਦ ਅਸੀਂ ਪੜ੍ਹਨਾ, ਠੀਕ ਹੈ। ਤੇ ਜਿਹੜੀ ਜਿਹੜੀ ਹੋਰ ਨੈਕਸਟ ਕਿੰਨੇ ਸਕੇ ਦੇ ਕੀਤੇ? 9 ਕੀਤੇ, 5 ਪਾਸ, ਬਹੁਤ ਵਧੀਆ ਸ਼ਾਬਾਸ਼ ਭਾਬੀ ਜੀ। 20 ਹਾਲ ਕੋਈ ਨਹੀਂ ਜਾਂਦਾ ਹੈ, 20 ਕਰਨੇ ਹੁੰਦੇ, ਸ਼ਾਬਾਸ਼, ਠੀਕ ਹੈ। ਤੇ ਜਿਹਨਾਂ ਦੇ ਨੈਕਸਟ ਹੋਰ ਭਾਬੀ ਪੋਲੰਗੇਰ ਵਾਲੇ, ਭਾਬੀ ਸੁਦਾਰਾ ਵਾਲੇ, ਭਾਬੀ ਰਵਾਤੋ ਵਾਲੇ, ਭਾਬੀ ਗ੍ਰਿਸ਼ ਵਾਲੇ, ਗੁੜੀਆ, ਭਾਬੀ ਮਿਲਾਨ ਵਾਲੇ ਜੀ, ਜੀ ਜੀ ਹਾਂਜੀ ਜੀ, ਵਾਲ ਸਲਾਮ ਜੀ ਭਾਈ, ਕੌਣ ਬੋਲ ਰਹੇ ਨੇ? ਸ਼ਾਬਾਸ਼ ਭਾਜੀ, ਬਹੁਤ ਵਧੀਆ ਬੋਲ ਰਹੇ ਹੋ। ਮੈਂ ਇੱਕ ਮਿੰਟ ਸਿਰਫ ਮੈਂ ਕਲਾਸ ਖਤਮ ਹੋ ਲਵਾਂ ਜੀ, ਠੀਕ ਹੈ। ਹੋਰ ਕੋਈ ਹੈ ਕਿ ਕੱਟ ਗਏ ਸਾਰੇ? ਹੈਪੀ ਕਿੰਨੇ ਕੀਤੇ? ਜਮਾ ਹੀ ਅੱਧ ਕਰ, ਠੀਕ। ਪਾਸ ਹੋ ਵੀ ਹੋਇਆ ਕਿ ਨਹੀਂ? ਸਾਰੇ ਪਾਸ, ਜਮਾ ਹੀ ਅੱਧ ਕਰ।